ਉਹ ਅਸਲ ਦੇ ਵਿੱਚ ਆਮ ਪਾਰਟੀ ਤੋਂ ਇਹੀ ਉਮੀਦ ਹੈ ਆਮ ਲੋਕਾਂ ਨੂੰ ਜਿਹਨੂੰ ਅਸੀਂ ਮੈਂਗੋ ਪੀਪਲ ਕਹਿ ਦਿੰਦੇ ਆਮ ਲੋਕਾਂ ਦਾ ਇਹੀ ਹੁੰਦਾ ਕਿ ਵੀ ਸਰਕਾਰ ਜਿਹੜੀ ਹੈ ਉਹ ਹਕੂਮਤ ਹੁੰਦੀ ਹੈ ਮੌਕੇ ਦੀ ਅਤੇ ਆਮ ਲੋਕਾਂ ਦਾ ਇਹ ਹੁੰਦਾ ਕਿ ਜਿਹੜੀ ਸਾਡੀ ਬੇਸਿਕ ਨੀਡਸ ਹੈ ਸਭ ਤੋਂ ਪਹਿਲਾਂ ਤਾਂ ਰੋਟੀ ਕੱਪੜਾ ਤਾਂ ਬਾਅਦ 'ਚ ਆਉਂਦਾ ਜਿਹੜੀ ਰੋਟੀ ਹੈ ਭੁੱਖ ਹੈ ਉਹ ਸਭ ਤੋਂ ਬੁਰੀ ਚੀਜ਼ ਹੈ ਅੱਜ ਵੀ ਦੇਖੋ ਜੇਕਰ ਇੱਥੇ ਗੁਰਦੁਆਰੇ ਮੰਦਰ ਮਸਜਿਦ ਨਾ ਹੋਣ ਤਾਂ ਹਜ਼ਾਰਾਂ ਲੋਕ ਭੁੱਖੇ ਹੀ ਸੌਂਦੇ ਆ ਮਾਨ ਸਾਹਿਬ ਕਹਿੰਦੇ ਪਹਿਲੀਆਂ ਸਰਕਾਰਾਂ ਨੇ ਗੁੰਝਲ ਇੰਨੇ ਪਾਏ ਉਹਨੂੰ ਕੱਢਣ ਦੇ ਵਿੱਚ ਸਮਾਂ ਲੱਗੇਗਾ ਪਰ ਰਾਹਤ ਪੰਜਾਬ ਨੂੰ ਜ਼ਰੂਰ ਮਿਲੂ ਸਟੇਟ ਦੇ ਉੱਪਰ ਵੀ ਇੱਕ ਹੋਰ ਪਾਵਰ ਮੌਜੂਦ ਹੈ ਕਿ ਜਿਵੇਂ ਇੱਕ ਪਾਵਰ ਥੱਲੇ ਹੈ ਉਸ ਤੋਂ ਉੱਪਰ ਹੋਰ ਵੀ ਪਾਵਰ ਮੌਜੂਦ ਹੈ ਅਤੇ ਜੇਕਰ ਸਟੇਟ ਮੈਂ ਇਹ ਗੱਲ ਸਮਝਣਾ ਕਿ ਪੰਜਾਬ ਜੇਕਰ ਅਸੀਂ ਐਜੂਕੇਸ਼ਨ ਸਿਸਟਮ ਠੀਕ ਕਰਦੇ ਹਾਂ ਸਾਡੀ ਨੌਜਵਾਨੀ ਬਾਹਰ ਨਹੀਂ ਜਾਂਦੀ ਇੱਥੇ ਆਪਣੇ ਰੋਜ਼ਗਾਰ ਕਰਦੀ ਆ ਠੀਕ ਹੈ ਆਪਣੇ ਕਾਰੋਬਾਰ ਕਰਦੀ ਆ ਉਹਦੇ ਨਾਲ ਪੰਜਾਬ ਦੀ GDP ਇੱਥੋਂ ਤੱਕ ਜਾਏਗੀ ਕਿ ਨੌਜਵਾਨਾਂ ਦੇ ਨਾਲ ਸਰਕਾਰ ਹੁੰਦੀ ਹੈ ਨੌਜਵਾਨਾਂ ਤੋਂ ਬਗੈਰ ਕੋਈ ਵੀ ਹਕੂਮਤ ਨਹੀਂ ਹੁੰਦੀ ਕੋਈ ਵੀ ਰਾਜ ਨਹੀਂ ਹੁੰਦਾ ਜਿਹੜਾ ਅਸੀਂ ਕਹਿੰਦੇ ਕਿ ਬਜਟ ਆਏ ਅੱਛਾ ਹੀ ਆਏ ਬਜਟ ਜਿਹਦੇ ਨਾਲ ਕਿ ਸਾਨੂੰ ਵੀ ਥੋੜ੍ਹੀ ਰਾਹਤ ਮਿਲੇ ਕਿਉਂਕਿ ਅਗਰ ਬਜਟ ਸਾਡੇ ਹਿਸਾਬ ਨਾਲ ਨਹੀਂ ਆਏਗਾ ਜਨਤਾ ਦੇ ਹਿਸਾਬ ਨਾਲ ਤਾਂ ਉਹ ਬਹੁਤ ਮੁਸ਼ਕਿਲ ਸਾਡੇ ਵਾਸਤੇ ਰਸੋਈ ਸਾਹਮਣੀ ਕਿਸ ਤਰ੍ਹਾਂ ਇੱਕ ਲੇਡੀਜ਼ ਵਾਸਤੇ ਘਰ ਚਲਾਉਣਾ ਮੁਸ਼ਕਿਲ ਆ ਉਹਦੇ ਹਿਸਾਬ ਨਾਲ ਅਸੀਂ ਬਹੁਤ ਆਸ ਲਗਾਈ ਹੋਈ ਹੈ ਕਿ ਜਿਹੜਾ ਆਉਣ ਵਾਲਾ ਬਜਟ ਸ਼ਾਇਦ ਸਾਡੇ ਹਿੱਤ ਵਿੱਚ ਹੋਵੇ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਤੇ ਮੈਂ ਮਨਜਿੰਦਰ ਸਿੰਘ ਪੰਜਾਬ ਸਰਕਾਰ ਦਾ ਬਜਟ ਪੇਸ਼ ਹੋਣ ਵਾਲਾ ਤੇ ਲੋਕ ਆਮ ਲੋਕ ਕਾਫੀ ਆਸ ਲਾ ਕੇ ਬੈਠੇ ਹੋਏ ਨੇ ਅੰਮ੍ਰਿਤਸਰ ਦੇ ਗੁਰੂਨਗਰੀ 'ਚ ਮੌਜੂਦ ਆ ਕੰਪਨੀ ਬਾਗ ਤਸਵੀਰਾਂ ਪਹਿਲਾਂ ਦਿਖਾਉਣਾ ਚਾਹੂੰਗਾ ਲੋਕ ਸੈਰ ਕਰਨ ਵਾਸਤੇ ਪਹੁੰਚਦੇ ਨੇ ਕਿਉਂਕਿ ਇਸ ਟਾਈਮ ਲੋਕਾਂ ਦੇ ਮਾਈਂਡ ਫਰੈਸ਼ ਹੋ ਜਾਂਦੇ ਨੇ ਬਿਲਕੁਲ ਕਿ ਬਿਲਕੁਲ ਸਾਫ਼ ਸੁਥਰੇ ਨੇ ਲੋਕ ਤੇ ਲੋਕ ਇਸ ਚੀਜ਼ ਨੂੰ ਕਿੱਦਾਂ ਦੇਖ ਰਹੇ ਸਰਕਾਰਾਂ ਵੱਲੋਂ ਵੱਡੇ ਵੱਡੇ ਵਾਅਦੇ ਸਰਕਾਰਾਂ ਪਹਿਲਾਂ ਵੀ ਰਹੀਆਂ ਬਜਟ ਪਹਿਲਾਂ ਵੀ ਪੇਸ਼ ਹੁੰਦੇ ਰਹੇ ਨੇ ਪਰ ਆਮ ਲੋਕਾਂ ਨੂੰ ਰਾਹਤ ਨਹੀਂ ਮਿਲਦੀ ਰਹੀ ਪਰ ਐਰ ਕੀ ਆਮ ਲੋਕ ਕੀ ਆਸਾ ਲਾ ਕੇ ਬਣੇ ਨੌਜਵਾਨ ਸਾਡੇ ਨਾਲ ਕਿਉਂਕਿ ਪਹਿਲਾਂ ਨੌਜਵਾਨਾਂ ਕੋਲ ਜਾਣਦੇ ਕਿ ਨੌਜਵਾਨ ਇਸ ਚੀਜ਼ ਨੂੰ ਕਿੱਦਾਂ ਦੇਖ ਰਹੇ ਭਾਈ ਸਾਹਿਬ ਕੀ ਨਾਮ ਆ ਮਨਪ੍ਰੀਤ ਸਿੰਘ ਨਾਮ ਹੈ ਜੀ ਕੀ ਕਹਿਣਾ ਚਾਹੋਗੇ ਸਰਕਾਰ ਦਾ ਬਜਟ ਆਉਣ ਵਾਲਾ ਕੀ ਆਸ ਲਾ ਕੇ ਬੈਠੇ ਹੋ ਦੇਖੋ ਜੀ ਹਰ ਇੱਕ ਆਮ ਆਦਮੀ ਦੀ ਆਸ ਹੁੰਦੀ ਹੈ ਕਿਉਂਕਿ ਜਿਹੜੀ ਸਰਕਾਰ ਹੈ ਉਹਦਾ ਨਾਮ ਵੀ ਆਮ ਆਦਮੀ ਪਾਰਟੀ ਹੈ ਉਹ ਅਸਲ ਦੇ ਵਿੱਚ ਆਮ ਪਾਰਟੀ ਤੋਂ ਇਹੀ ਉਮੀਦ ਹੈ ਆਮ ਲੋਕਾਂ ਨੂੰ ਜਿਹਨੂੰ ਅਸੀਂ ਮੈਂਗੋ ਪੀਪਲ ਕਹਿ ਦਿੰਦੇ ਆਮ ਲੋਕਾਂ ਦਾ ਇਹੀ ਹੁੰਦਾ ਕਿ ਵੀ ਸਰਕਾਰ ਜਿਹੜੀ ਹੈ ਉਹ ਹਕੂਮਤ ਹੁੰਦੀ ਹੈ ਮੌਕੇ ਦੀ ਅਤੇ ਆਮ ਲੋਕਾਂ ਦਾ ਇਹ ਹੁੰਦਾ ਕਿ ਜਿਹੜੀ ਸਾਡੀ ਬੇਸਿਕ ਨੀਡਸ ਹੈ ਸਭ ਤੋਂ ਪਹਿਲਾਂ ਤਾਂ ਰੋਟੀ ਕੱਪੜਾ ਤਾਂ ਬਾਅਦ 'ਚ ਆਉਂਦਾ ਜਿਹੜੀ ਰੋਟੀ ਹੈ ਭੁੱਖ ਹੈ ਉਹ ਸਭ ਤੋਂ ਬੁਰੀ ਚੀਜ਼ ਹੈ ਅੱਜ ਵੀ ਦੇਖੋ ਜੇਕਰ ਇੱਥੇ ਗੁਰਦੁਆਰੇ ਮੰਦਰ ਮਸਜਿਦ ਨਾ ਹੋਣ ਤਾਂ ਹਜ਼ਾਰਾਂ ਲੋਕ ਭੁੱਖੇ ਹੀ ਸੌਂਦੇ ਆ ਫੁੱਟਪਾਥਾਂ ਦੇ ਉੱਤੇ ਅਤੇ ਆਮ ਲੋਕ ਆਮ ਬੰਦੇ ਦੀ ਇਹੀ ਆਸ ਹੁੰਦੀ ਹੈ ਕਿ ਜਿਹੜੀਆਂ ਸਾਡੀ ਬੇਸਿਕ ਨੀਡਸ ਨੇ ਸਭ ਤੋਂ ਪਹਿਲਾਂ ਰੋਟੀ ਰੋਟੀ ਦੇ ਵਿੱਚ ਆ ਜਾਂਦਾ ਕਿ ਗੈਸ ਸਿਲੰਡਰ ਆ ਜਾਂਦਾ ਅਤੇ ਹੋਰ ਕਈ ਉਹੋ ਜਿਹੀਆਂ ਵਸਤੂਆਂ ਆ ਜਾਂਦੀਆਂ ਜਿਵੇਂ ਅੰਨ ਆ ਜਾਂਦਾ ਦਾਲ ਆ ਜਾਂਦੀ ਚਾਵਲ ਆ ਜਾਂਦੇ ਆ ਅਤੇ ਆਮ ਬੰਦੇ ਦੀ ਇਹੀ ਉਮੀਦ ਹੁੰਦੀ ਹੈ ਕਿ ਵੀ ਇਹਨਾਂ ਤੋਂ ਕੁਛ ਰਾਹਤ ਮਿਲੇ ਅਤੇ ਤਾਂ ਕਿ ਅਸੀਂ ਮਿਡਲ ਤੋਂ ਮਿਡਲ ਫੈਮਿਲੀ ਵੀ ਬੰਦਾ ਲੋਅਰ ਤੋਂ ਲੋਅਰ ਕਲਾਸ ਵੀ ਬੰਦਾ ਇਹਨਾਂ ਚੀਜ਼ਾਂ ਨੂੰ ਅਫੋਰਡ ਕਰਕੇ ਖਾਸ ਕਰਕੇ ਮੈਂ ਗੈਸ ਸਿਲੰਡਰ ਦੀ ਗੱਲ ਕਰਾਂਗਾ ਕਿਉਂਕਿ ਇਸ ਟਾਈਮ ਜਿਹੜਾ ਸੈਂਟਰ ਵੱਲੋਂ ਬਹੁਤ ਜ਼ਿਆਦਾ ਮਹਿੰਗਾ ਰੇਟ ਆਇਆ ਕਿ 50 ਰੁਪੀਜ਼ ਉਹਨਾਂ ਨੇ ਮਤਲਬ ਕਿ ਮਹਿੰਗਾ ਕਰ ਦਿੱਤਾ 50 ਰੁਪਈਏ ਅਤੇ ਜਿਹੜਾ ਉਸ ਦੇ ਨਾਲ ਜਿਹੜਾ ਆਮ ਬੰਦੇ ਦਾ ਜਿਹੜਾ ਬਜਟ ਆ ਉਹ ਬਿਲਕੁਲ ਹੀ ਹਿੱਲ ਜਾਂਦਾ ਇਹ ਕਿਹੜਾ 8-9 ਹਜ਼ਾਰ ਰੁਪਈਆ ਲੈਣ ਵਾਲਾ ਬੰਦਾ ਜਦੋਂ ਉਸ ਦੇ ਵਿੱਚੋਂ 100-150 ਰੁਪਈਆ ਰੱਖਦਾ ਕਿਉਂਕਿ ਆਮ ਬੰਦੇ ਨੂੰ ਜਦੋਂ ਸੈਲਰੀ ਮਿਲਣ ਲੱਗਦੀ ਹੈ ਨਾ ਉਹ ਇੱਕ ਲਿਸਟ ਬਣਾ ਲੈਂਦਾ ਕਿ ਵੀ 100 ਰੁਪਈਆ ਉਹਨੂੰ ਦੇਣਾ 1000 ਰੁਪਈਆ ਉਹਨੂੰ ਦੇਣਾ ਜਾਂ 500 ਉਹਨੂੰ ਦੇਣਾ ਉਹ ਚੀਜ਼ ਦੇ ਉੱਤੇ ਆਮ ਬੰਦੇ 'ਤੇ ਬੜਾ ਫਰਕ ਪੈਂਦਾ ਅਤੇ ਆਮ ਬੰਦਾ ਸੋਚਦਾ ਕਿ ਜਿਹੜਾ ਗੈਸ ਸਿਲੰਡਰ ਹੈ ਨਾ ਜਿਹਦੇ ਅਸੀਂ ਰੋਟੀ ਪਕਾਉਣੀ ਆ ਸਭ ਤੋਂ ਸਸਤਾ ਉਹ ਮਿਲੇ ਅਤੇ ਮੈਨੂੰ ਇਹੀ ਉਮੀਦ ਹੈ ਕਿ ਵੀ ਆਮ ਪਾਰਟੀ ਦੀ ਜਿਹੜੀ ਸਰਕਾਰ ਹੈ ਜਿਹਨੇ ਬਿਜਲੀ ਦੇ ਉੱਤੇ ਵੀ ਬੜੀ ਰਾਹਤ ਦਿੱਤੀ ਹੈ ਅਤੇ ਉਹ ਅੱਗੋਂ ਜਿਹੜੇ ਸਾਡੀ ਲੋੜਾਂ ਨੇ ਖਾਣ ਪੀਣ ਦੀਆਂ ਉਹਨਾਂ ਦੇ ਉੱਤੇ ਵੀ ਕੁਛ ਰਾਹਤ ਕਰੇ ਪਰ ਤੁਸੀਂ ਜਿੱਦਾਂ ਨੌਜਵਾਨ ਹੋ ਐਜੂਕੇਸ਼ਨ ਨੂੰ ਕਿੱਦਾਂ ਵੇਖ ਰਹੇ ਹੋ ਸਿਹਤ ਨੂੰ ਕਿੱਦਾਂ ਵੇਖ ਰਹੇ ਹੋ ਕਿਉਂਕਿ ਸਹੂਲਤਾਂ ਹੁਣ ਵੀ ਦਿੱਤੀਆਂ ਜਾ ਰਹੀਆਂ ਪਰ ਕਹਿੰਦੇ ਨੇ ਕਿ ਸਰਕਾਰ ਬਣਨ ਤੋਂ ਪਹਿਲਾਂ ਕਈ ਵਾਅਦੇ ਕੀਤੇ ਜਾਂਦੇ ਨੇ ਜਦੋਂ ਸਰਕਾਰਾਂ ਬਣ ਜਾਂਦੀਆਂ ਕੁਰਸੀਆਂ ਮਿਲ ਜਾਂਦੀਆਂ ਫਿਰ ਤਾਂ ਗਰਾਊਂਡ ਜ਼ੀਰੋ 'ਤੇ ਕਦੀ ਸਰਕਾਰ ਦੇ ਮੈਦੇ ਪਹੁੰਚਦੇ ਨੇ ਜੀ ਦੇਖੋ ਮੈਂ ਇਸ ਚੀਜ਼ ਨੂੰ ਇਹ ਦੇਖਦਾ ਕਿ ਇਹ ਜਿਹੜੀ ਸਰਕਾਰ ਪਹਿਲੀ ਦਫਾ ਆਈ ਹੈ ਪੰਜਾਬ ਦੇ ਵਿੱਚ ਅਤੇ ਲੋਕਾਂ ਨੂੰ ਕਾਫੀ ਉਮੀਦਾਂ ਨੇ ਅਤੇ ਪਿਛਲੀਆਂ ਸਰਕਾਰਾਂ ਵੀ ਹੋ ਚੁੱਕੀਆਂ ਅਤੇ ਇਹ ਸਰਕਾਰ ਤੋਂ ਇਸ ਕਰਕੇ ਉਮੀਦ ਹੈ ਕਿ ਇੱਕ ਤਾਂ ਲੋਕਾਂ ਨੇ ਆਪਣਾ ਪੂਰੀ ਪਾਵਰ ਦੇ ਨਾਲ ਇਸ ਨੂੰ ਪਾਵਰ ਦੇ ਵਿੱਚ ਲੈ ਕੇ ਆਉਂਦਾ ਅਤੇ ਲੋਕ ਹੁਣ ਇਸ ਚੀਜ਼ ਨੂੰ ਦੇਖਣਗੇ ਕਿ ਵੀ ਉਹ ਇਸ ਚੀਜ਼ ਦੇਖਦੇ ਆ ਕਿ ਸਰਕਾਰ ਸਾਨੂੰ ਜੇਕਰ ਅਸੀਂ ਲੈ ਕੇ ਆਏ ਹਾਂ ਤਾਂ ਇਹ ਸਾਡੀ ਸਰਕਾਰ ਹੈ ਅਤੇ ਇਸ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਸੋਚਣਾ ਚਾਹੀਦਾ ਕਿ ਅਸੀਂ ਪਹਿਲੀ ਦਫਾ ਆਏ ਹਾਂ ਅਤੇ ਇਹ ਇੱਕ ਇੰਗਲਿਸ਼ ਦਾ ਵਰਡ ਹੈ ਫਸਟ ਇੰਪ੍ਰੈਸ਼ਨ ਇਜ਼ ਏ ਗੁੱਡ ਇੰਪ੍ਰੈਸ਼ਨ ਅਤੇ ਕਿਸੇ 'ਤੇ ਇੰਪ੍ਰੈਸ਼ਨ ਪਾਉਣਾ ਹੋਵੇ ਫਸਟ ਅਤੇ
ਉਹ ਪਹਿਲੀ ਦਫਾ ਹੀ ਪੈਂਦਾ, ਦੂਜੀ ਵਾਰੀ ਨਹੀਂ ਪੈਂਦਾ। ਤੇ ਮੈਂ ਇਹੀ ਗੱਲ ਕਹਾਂਗਾ ਕਿ ਜਿਹੜੀ ਐਜੂਕੇਸ਼ਨ ਆ ਸਾਡਾ ਮੌਲਿਕ ਆਧਾਰ ਹੈ, ਇੱਕ ਬੇਸਿਕ ਚੀਜ਼ ਹੈ। ਐਜੂਕੇਸ਼ਨ ਹੋਏਗੀ, ਹਰ ਕੋਈ ਨੌਜਵਾਨ ਐਜੂਕੇਟ ਹੋਏਗਾ। ਅੱਜ ਸਾਰੇ ਸਾਡੇ ਪੰਜਾਬ ਦੇ ਨੌਜਵਾਨ ਬਾਹਰ ਜਾਂਦੇ ਜਾ ਰਹੇ ਆ, ਉਹਦਾ ਕਾਰਨ ਇਹੀ ਹੋਈ ਆ ਕਿ ਸਾਡਾ ਇੱਥੇ ਐਜੂਕੇਸ਼ਨ ਸਿਸਟਮ ਵਧੀਆ ਹੋਵੇ। ਇੱਥੇ ਐਜੂਕੇਸ਼ਨ ਦੇ ਨਾਲ ਨਾਲ ਜਿੰਨੇ ਬੱਚੇ ਇੱਕ ਸਾਲ ਦੇ ਵਿੱਚ ਡਿਗਰੀ ਕਰਨ, ਡਿਗਰੀ ਕਰਕੇ ਨਿਕਲਣ, ਨਾਲੇ ਉਹਨਾਂ ਨੂੰ ਓਨੀਆਂ ਨੌਕਰੀਆਂ ਰੱਖੀਆਂ ਹੋਣ, ਰਿਜ਼ਰਵ ਕੋਟਾ ਹੋਵੇ। ਬਿਲਕੁਲ, ਜੇਕਰ ਉਹ ਰਿਜ਼ਰਵ ਕੋਟਾ ਹੋਏਗਾ, ਕਿਸੇ ਨੂੰ ਲੋੜ ਹੀ ਨਹੀਂ ਬਾਹਰ ਜਾਣ ਦੀ। ਕਹਿ ਸਕਦੇ ਆ ਕਿ ਸਿਫਾਰਿਸ਼ਾਂ ਬੰਦ ਕੀਤੀਆਂ ਜਾਣ। ਹਾਂ, ਸਿਫਾਰਿਸ਼ਾਂ ਬੰਦ ਕੀਤੀਆਂ ਜਾਣ, ਬਿਲਕੁਲ ਸਹੀ ਗੱਲ ਹੈ। ਇਹ ਜਿਹੜੀ ਸਰਕਾਰ ਹੀ ਕਰ ਸਕਦੀ, ਕਿਉਂਕਿ ਸਰਕਾਰ ਦੇ ਕੋਲੋਂ ਸਾਰਾ ਹੀ ਕੰਟਰੋਲ ਹੁੰਦਾ, ਸਾਰੇ ਸਟੇਟ ਦਾ। ਉਹ ਸਟੇਟ ਦੀ ਮਾਲਕ ਹੈ, ਉਹਦੇ ਕੋਲ ਕਿੰਨੇ ਸੂਬੇ ਆਉਂਦੇ ਨੇ, ਸਾਰਾ ਕੁਛ ਆਉਂਦਾ, ਉਹਦੇ ਕੋਲ ਪਾਵਰਾਂ ਮੌਜੂਦ ਨੇ। ਜੇਕਰ ਉਹ ਇਹ ਚੀਜ਼ ਕਰੇ, ਹੁਣ ਜੇਕਰ ਅਸੀਂ ਹੈਲਥ ਦੀ ਗੱਲ ਕਰੀਏ, ਉਹ ਵੀ ਇੱਕ ਬੇਸਿਕ ਨੀਡ ਹੈ। ਹੁਣ ਕਿਸੇ ਨੂੰ ਕੁਛ ਹੋ ਜਾਏ, ਅੱਜ ਚਲੋ ਪਰਮਾਤਮਾ ਨਾ ਕਰੇ, ਜਿਹੜੇ ਲੋਕਾਂ ਦੇ ਅੱਜ ਕਾਰਡ ਬਣੇ ਨੇ 5-5 ਲੱਖ ਦੇ, ਆਯੁਸ਼ਮਾਨ ਮਕੀ ਕਾਰਡ ਜਿਹਨੂੰ ਕਹਿ ਦਿੰਦੇ ਆ, ਕਈਆਂ ਦੇ ਕਾਰਡ ਮੈਂ ਇਹ ਖੁਦ ਐਕਸਪੈਰੀਮੈਂਟ ਕਰਕੇ ਦੇਖਿਆ ਕਿ ਕੁਛ ਹੋਸਪਿਟਲ ਇਸ ਤਰ੍ਹਾਂ ਦੇ ਨੇ ਪ੍ਰਾਈਵੇਟ, ਉੱਥੇ ਕਾਰਡ ਨਹੀਂ ਚੱਲਦਾ। ਉੱਥੇ ਤੁਸੀਂ ਜੇਕਰ ਤੁਹਾਡੇ ਕੋਲ ਪੈਸੇ ਹੈਗੇ ਆ, ਤਾਂ ਫਿਰ ਤੁਹਾਡੀ ਜ਼ਿੰਦਗੀ ਜ਼ਿੰਦਗੀ ਆ, ਨਹੀਂ ਤਾਂ ਫਿਰ ਤੁਸੀਂ ਮਕੀ ਫੱਟੇ ਦੇ ਪਏ ਜੇ। ਜੇਕਰ ਆਮ ਭਾਸ਼ਾ 'ਚ ਕਹੀਏ, ਹੁਣ ਕਹਿ ਸਕਦੇ ਹਾਂ ਕਿ ਆਸ ਹੈਗੀ ਆ ਕਿ ਰਾਹਤ ਮਿਲੂਗੀ ਆਮ ਲੋਕਾਂ ਨੂੰ? ਜੀ ਦੇਖੋ, ਆਸ ਹੈਗੀ ਆ, ਹਲੇ ਇੰਨਾ ਸਮਾਂ ਤਾਂ ਨਹੀਂ ਹੋਇਆ ਸਰਕਾਰ ਨੂੰ। ਅਸੀਂ ਜੇਕਰ ਫਸਟ ਟਾਈਮ ਆਈ ਹੈ, ਅਤੇ ਇਹਨੂੰ ਅਸੀਂ ਮੌਕਾ ਦਿੱਤਾ, ਦਿਲੋਂ ਇਹਨਾਂ ਦਾ ਸਤਿਕਾਰ ਕੀਤਾ, ਅਤੇ ਜਿਹੜੇ ਇਹਨਾਂ ਨੇ ਵਾਅਦੇ ਕਹੇ ਸੀ ਉਹ ਵਾਅਦੇ ਵੀ ਪੂਰੇ ਹੋਏ ਆ। ਜਿਵੇਂ ਇਲੈਕਟ੍ਰੀਸਿਟੀ ਦਾ ਕਾਫੀ ਰਾਹਤ ਮਿਲੀ ਆ, ਮੇਰੇ ਖੁਦ ਦੇ ਘਰ ਕਾਫੀ ਘੱਟ ਬਿੱਲ ਆਉਣਾ ਸ਼ੁਰੂ ਹੋ ਗਿਆ, ਅਤੇ ਆਮ ਲੋਕਾਂ ਦੀ ਵੀ ਗੱਲ ਕਰੀਏ, ਉਹਨਾਂ ਨੂੰ ਵੀ ਬੜੀ ਰਾਹਤ ਹੈ। ਪਰ ਇੱਕ ਚੀਜ਼ ਹੋ ਰਿਹਾ, ਮਾਨ ਸਾਹਿਬ ਕਹਿੰਦੇ ਪਹਿਲੀਆਂ ਸਰਕਾਰਾਂ ਨੇ ਗੁੰਝਲ ਹੀ ਨਹੀਂ ਪਾਏ, ਉਹਨੂੰ ਕੱਢਣ ਦੇ ਵਿੱਚ ਸਮਾਂ ਲੱਗੇਗਾ, ਪਰ ਰਾਹਤ ਪੰਜਾਬ ਨੂੰ ਜ਼ਰੂਰ ਮਿਲੂ। ਦੇਖੋ ਜੀ, ਸਰਕਾਰਾਂ ਦੇ ਜਿਹੜੇ ਫਲਸਫੇ ਹੁੰਦੇ ਆ ਜਾਂ ਉਹਨਾਂ ਦਾ ਸਿਲਸਿਲਾ ਚੱਲਦਾ, ਉਹ ਇਸ ਤਰ੍ਹਾਂ ਹੀ ਚੱਲਦਾ। ਉਹਨਾਂ ਦੇ ਕੋਲ ਵੀ ਇੱਕ ਬਾਉਂਡਰੀਜ਼ ਹੁੰਦੀਆਂ, ਬਾਰਡਰ ਹੁੰਦਾ, ਉਹ ਵੀ ਜਿਹੜੀ ਇੱਕ ਸਟੇਟ ਹੈ ਨਾ, ਸਟੇਟ ਵੀ ਖੁਦ ਨਹੀਂ ਚੱਲਦੀ, ਸਟੇਟ ਦੇ ਉੱਪਰ ਵੀ ਇੱਕ ਹੋਰ ਪਾਵਰ ਮੌਜੂਦ ਹੈ ਕਿ ਜਿਵੇਂ ਇੱਕ ਪਾਵਰ ਥੱਲੇ ਹੈ, ਉਸ ਤੋਂ ਉੱਪਰ ਹੋਰ ਵੀ ਪਾਵਰ ਮੌਜੂਦ ਹੈ। ਅਤੇ ਜੇਕਰ ਸਟੇਟ, ਮੈਂ ਇਹ ਗੱਲ ਸਮਝਣਾ ਕਿ ਪੰਜਾਬ, ਜੇਕਰ ਅਸੀਂ ਐਜੂਕੇਸ਼ਨ ਸਿਸਟਮ ਠੀਕ ਕਰਦੇ ਹਾਂ, ਸਾਡੀ ਨੌਜਵਾਨੀ ਬਾਹਰ ਨਹੀਂ ਜਾਂਦੀ, ਇੱਥੇ ਆਪਣੇ ਰੋਜ਼ਗਾਰ ਕਰਦੀ ਆ, ਠੀਕ ਹੈ, ਆਪਣੇ ਕਾਰੋਬਾਰ ਕਰਦੀ ਆ, ਉਹਦੇ ਨਾਲ ਪੰਜਾਬ ਦੀ GDP ਇੱਥੋਂ ਤੱਕ ਜਾਏਗੀ। ਕਿਉਂਕਿ ਉਹਦਾ ਕਾਰਨ ਇਹ ਹੈ ਕਿ ਨੌਜਵਾਨਾਂ ਦੇ ਨਾਲ ਸਰਕਾਰ ਹੁੰਦੀ ਹੈ, ਨੌਜਵਾਨਾਂ ਤੋਂ ਬਗੈਰ ਕੋਈ ਵੀ ਹਕੂਮਤ ਨਹੀਂ ਹੁੰਦੀ, ਕੋਈ ਵੀ ਰਾਜ ਨਹੀਂ ਹੁੰਦਾ। ਬਿਲਕੁਲ ਜੀ, ਇਹ ਆਮ ਲੋਕ ਹੈਗੇ ਨੇ ਗੁਰੂਨਗਰੀ ਦੇ, ਅਤੇ ਕਾਫੀ ਜਿਹੜੀਆਂ ਆਸਾਂ ਲਾ ਕੇ ਬੈਠੇ ਨੇ ਕਿ ਜਿਹੜਾ ਬਜਟ ਆਵੇਗਾ ਇਹ ਲੋਕਾਂ ਦੇ ਹੱਕ ਦੇ ਵਿੱਚ ਆਵੇ। ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਲੋਕਾਂ ਦਾ ਕੀ ਕਹਿਣਾ। ਮੇਰਾ ਨਾਮ ਮਹਿਕ ਹੈ। ਮਹਿਕ ਜੀ, ਕਿੱਦਾਂ ਦੇਖ ਰਹੇ ਹੋ ਪੰਜਾਬ ਸਰਕਾਰ ਦਾ ਬਜਟ ਆਉਣਾ, ਕੀ ਉਮੀਦ ਲਾ ਕੇ ਬੈਠੇ ਹੋ? ਉਮੀਦ ਤਾਂ ਅਸੀਂ ਕਾਫੀ ਲਗਾਈ ਹੈ, ਕਾਫੀ ਕੁਛ ਸੋਚ ਕੇ ਬੈਠੇ ਹਾਂ ਕਿ ਜਿਹੜਾ ਹੁਣ ਬਜਟ ਸਰਕਾਰ ਨੇ ਦੇਣਾ, ਉਹਦੇ ਵਿੱਚ ਜਿਸ ਤਰ੍ਹਾਂ ਰਸੋਈ ਦਾ ਹੈਗਾ, ਲੇਡੀਜ਼ ਦਾ ਸਮਾਨ ਰੋਜ਼ ਵਰਤਣ ਵਾਲਾ, ਮੈਡੀਕਲ ਵਗੈਰਾ, ਹੋਰ ਜਿਸ ਤਰ੍ਹਾਂ ਹੈਗਾ ਐਜੂਕੇਸ਼ਨ ਵਗੈਰਾ, ਹੋਰ ਜਿਸ ਤਰ੍ਹਾਂ ਕਾਫੀ ਕੁਛ ਹੈ ਵਾ ਜਿਹੜਾ ਅਸੀਂ ਕਹਿੰਦੇ ਕਿ ਬਜਟ ਆਏ ਅੱਛਾ ਹੀ ਆਏ ਬਜਟ, ਜਿਹਦੇ ਨਾਲ ਕਿ ਸਾਨੂੰ ਵੀ ਥੋੜ੍ਹੀ ਰਾਹਤ ਮਿਲੇ। ਕਿਉਂਕਿ ਅਗਰ ਬਜਟ ਸਾਡੇ ਹਿਸਾਬ ਨਾਲ ਨਹੀਂ ਆਏਗਾ, ਜਨਤਾ ਦੇ ਹਿਸਾਬ ਨਾਲ, ਤਾਂ ਉਹ ਬਹੁਤ ਮੁਸ਼ਕਿਲ ਸਾਡੇ ਵਾਸਤੇ, ਰਸੋਈ ਸਾਹਮਣੀ, ਘਰ ਸਾਹਮਣਾ, ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਜਾਏਗਾ। ਕਿ ਜਦੋਂ ਕੋਈ ਬਜਟ ਹੁੰਦਾ ਵਾ, ਕਿ ਆਮ ਲੋਕਾਂ ਕੋਲ ਪੁੱਛਿਆ ਜਾਂਦਾ ਜਦੋਂ ਬਜਟ ਪੇਸ਼ ਹੁੰਦਾ, ਲੱਗਦਾ ਕਿ ਐਤਕੀ ਜਿਹੜਾ ਬਜਟ ਹੋਊਗਾ ਲੋਕਾਂ ਦੇ ਹੱਕ ਦੇ ਵਿੱਚ ਹੋਵੇਗਾ, ਕਿਉਂਕਿ ਲੋਕ ਬੜੀਆਂ ਉਮੀਦਾਂ ਲਾ ਕੇ ਬੈਠੇ ਨੇ? ਬਿਲਕੁਲ ਬਿਲਕੁਲ, ਆਸ ਤਾਂ ਇਹੀ ਲਗਾਈ ਹੈ ਕਿ ਜੋ ਸਰਕਾਰ ਨੂੰ ਵੀ ਪਤਾ ਲੱਗ ਰਿਹਾ ਕਿ ਕਿੰਨੀ ਮਹਿੰਗਾਈ ਹੋਈ ਹੈ, ਕਿਸ ਤਰ੍ਹਾਂ ਇੱਕ ਲੇਡੀਜ਼ ਵਾਸਤੇ ਘਰ ਚਲਾਉਣਾ ਮੁਸ਼ਕਿਲ ਆ, ਉਹਦੇ ਹਿਸਾਬ ਨਾਲ ਅਸੀਂ ਬਹੁਤ ਆਸ ਲਗਾਈ ਹੋਈ ਹੈ ਕਿ ਜਿਹੜਾ ਆਉਣ ਵਾਲਾ ਬਜਟ ਸ਼ਾਇਦ ਸਾਡੇ ਹਿੱਤ ਵਿੱਚ ਹੋਵੇ। ਲੱਗਦਾ ਕਿ ਜਿੱਦਾਂ ਮਹਿੰਗਾਈ ਵਧੀ ਆ, ਸਿਲੰਡਰਾਂ ਦੇ ਰੇਟ ਵਧੇ, 50 ਰੁਪਏ 'ਚ ਵਾਧਾ ਹੋਇਆ ਹੁਣ ਵੀ, ਪਰ ਕੇਂਦਰ ਸਰਕਾਰ ਨੂੰ ਕੋਈ ਰਾਹਤ ਦੇਣੀ ਚਾਹੀਦੀ ਪੰਜਾਬ ਨੂੰ? ਬਿਲਕੁਲ ਬਿਲਕੁਲ ਦੇਣੀ ਚਾਹੀਦੀ ਹੈ। ਜਿਹੜਾ 50 ਰੁਪਏ ਸਿਲੰਡਰ ਵਧਾਇਆ, ਬਹੁਤ ਹੀ ਬਹੁਤ ਯਾਨੀ ਕਿ ਮੁਸ਼ਕਿਲ ਹੋ ਗਈ ਸਾਡੇ ਵਾਸਤੇ, ਸਾਡੀ ਰਸੋਈ ਦਾ ਬਜਟ ਸਾਰਾ ਹੀ ਲੱਗਿਆ, ਕਾਫੀ ਮੁਸ਼ਕਿਲ ਆ ਰਹੀ ਹੈ। ਸਰਕਾਰ ਨੂੰ ਚਾਹੀਦਾ ਕਿ ਸਾਡੇ ਜਿਹੜੀ ਆਮ ਜਨਤਾ ਹੈਗੀ ਉਹਦੇ ਬਾਰੇ ਸੋਚਣਾ ਚਾਹੀਦਾ। ਕਹਿ ਸਕਦੇ ਕਿ ਆਮ ਲੋਕਾਂ ਨੇ ਕਾਫੀ ਉਮੀਦਾਂ ਲਾਈਆਂ ਇਸ ਬਜਟ? ਬਿਲਕੁਲ ਬਿਲਕੁਲ ਜੀ, ਬਹੁਤ ਉਮੀਦਾਂ ਲਾਈਆਂ, ਅਤੇ ਅਸੀਂ ਵੀ ਕਹਿੰਦੇ ਹਾਂ ਕਿ ਸਾਡੀ ਉਮੀਦ ਪੂਰੀ ਹੋਣੀ ਚਾਹੀਦੀ ਹੈ ਜੋ ਅਸੀਂ ਸਰਕਾਰ 'ਤੇ ਲਗਾਈ ਹੈ। ਬਿਲਕੁਲ ਜੀ, ਹੋਰ ਵੀ ਲੋਕ ਹੈਗੇ ਨੇ, ਕੀ ਨਾਮ ਹੈ ਜੀ? ਅੱਛਾ ਆ, ਕਿੱਦਾਂ ਦੇਖ ਰਹੇ ਹੋ ਪੰਜਾਬ ਸਰਕਾਰ ਦਾ ਜਿਹੜਾ ਬਜਟ ਆ, ਤੁਸੀਂ ਕੀ ਰਾਹਤ ਆਸ ਲਾਈਏ ਕਿ ਕਿੰਨਾ ਬਜਟ ਪੇਸ਼ ਹੋਣਾ ਚਾਹੀਦਾ? ਲੱਗਦਾ ਕਿ ਰਾਹਤ ਮਿਲਣੀ ਚਾਹੀਦੀ ਕਿਚਨ ਦੇ ਵਿੱਚ, ਸਿਲੰਡਰ ਵਗੈਰਾ ਤੋਂ? ਹਾਂਜੀ, ਕਿਚਨ 'ਚ ਸਮਾਨ ਤਾਂ ਸਸਤਾ ਹੋਣਾ ਚਾਹੀਦਾ ਹੈ ਜੀ, ਸਿਲੰਡਰ ਵੀ ਦੇਖੋ ਇੰਨਾ ਮਹਿੰਗਾ ਆਮ ਕੋਈ ਵੀ ਨਹੀਂ ਲੈ ਸਕਦਾ। ਲੱਗਦਾ ਕਿ ਮੈਡੀਕਲ ਸਹੂਲਤਾਂ ਵੀ ਸਹੀ ਮਿਲੇ? ਹਾਂਜੀ ਹਾਂਜੀ, ਮੈਡੀਕਲ ਸਹੂਲਤਾਂ ਵੀ ਮਿਲਣੀਆਂ ਚਾਹੀਦੀਆਂ ਵਾ ਸਹੀ, ਅਤੇ ਸਭ ਤੋਂ ਜ਼ਿਆਦਾ ਇਹਦਾ ਕਿ ਮਹਿੰਗਾਈ ਘੱਟ ਹੋਣੀ ਚਾਹੀਦੀ ਹੈ। ਹਾਂਜੀ, ਆਮ ਲੋਕਾਂ ਦੇ ਜਦੋਂ ਮਹਿੰਗਾਈ ਵੱਧਦੀ ਆ,
तो आम लोगों की जेब उपर असर पैंता। पर हूँ आम लोग काफ़ी आस ला के बैठे ने कि जो पंजाब सरकार का बजट पेश होगा वो आम लोगों को काफ़ी राहत मिलेगी। साझा टीवी के वालों बजट में लैके अमृतसर गुरु नगरी के लोगों ने खास गलबात की, तो लोगों के वालों यही उम्मीदा लाइया ने कि जोड़ा बजट आ वो लोगों के हक के पेश होगा। कैमरामैन जयराम के नाम मनजिंदर सिंह, साझा टीवी अमृतसर।